ਜਾਣਿਆ
ਮਨਜੂ ਸ਼ਬਦ ਸਤਿਗੁਰੂ ਆਦਰਾ ਹਜ਼ੂਰ ਸਾਹਿਬਾਂ ਦੀ ਪਾਵਨ ਗੁਰਗੱਦੀ ਤੇ ਬਿਰਾਜਮਾਨ ਜਾਗਰ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠੇ ਗੁਰੂ ਸਵਾਰੇ ਸਤਸੰਗੀਓ ਭਗਤ ਨਾਮਦੇਵ ਜੀ ਦਾ ਉਚਾਰਨ ਕੀਤੇ ਹੋਏ ਸ਼ਬਦ ਦਾ ਪਾਠ ਆਪ ਜੀ ਨੇ ਸੁਣਿਆ ਹੈ। ਸ਼ਬਦ ਰਾਗ ਸੁਰਟ ਵਿੱਚ ਹੈ। ਸ਼ਬਦ ਦੇ ਚਾਰ ਅੰਗ ਹਨ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 656 657 ਦੇ ਪਾਵਨ ਸ਼ਬਦ ਸੁਸ਼ੋਭਿਤ ਹੈ। ਸ਼ਬਦ ਦਾ ਮੁੱਖ ਭਾਵ ਜਿਵੇਂ ਆਪ ਸਾਰੇ ਜਾਣਦੇ ਹੀ ਹੋ ਰਹਾਉ ਦੀਆਂ ਮੰਗਣੀਆਂ ਵਿੱਚ ਹੁੰਦਾ ਹੈ। ਰਹਾਉ ਦੀ ਮੰਗਣੀ ਵਿੱਚ ਭਗਤ ਨਾਮਦੇਵ ਜੀ ਨੇ ਜੋ ਵਿਚਾਰ ਸਾਡੇ ਸਾਹਮਣੇ ਰੱਖੇ ਹਨ ਉਸ ਵਿੱਚ ਸਤਿਗੁਰੂ ਦੀ ਗੁਰੂ ਦੀ ਮਹਿਮਾ ਅਤੇ ਬ੍ਰਹਮ ਦੀ ਬਖਸ਼ਿਸ਼ ਦਾ ਜ਼ਿਕਰ ਕੀਤਾ। ਗੁਰੂ ਦੀ ਕਿਰਪਾ ਨਾਲ ਪ੍ਰਭੂ ਦੀ ਮੇਹਰ ਸਦਕਾ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ ਹੈ। ਜਿਸ ਦੇ ਗੁਰੂ ਤੁਰ ਜਾਏ ਉਸ ਭਾਗਾਂ ਵਾਲੇ ਹਿਰਦੇ ਵਿੱਚ ਸ਼ਬਦ ਦਾ ਵਾਸਾ ਹੋ ਜਾਂਦਾ ਹੈ। ਜਿੱਥੇ ਸ਼ਬਦ ਦਾ ਵਾਸਾ ਹੋ ਜਾਏ ਉੱਥੇ ਆਨੰਦ ਹੀ ਆਨੰਦ ਹੋ ਜਾਂਦਾ ਹੈ। ਸ਼ਬਦ ਵਿੱਚ ਕੁਝ ਸ਼ਬਦ ਐਸੇ ਆਏ ਹਨ ਜਿਨ੍ਹਾਂ ਤੋਂ ਕੁਝ ਭਗਤ ਬਾਣੀ ਦੇ ਵਿਰੋਧੀ ਸੱਜਣ ਇਹ ਵਿਚਾਰ ਕਰਦੇ ਹਨ ਕਿ ਭਗਤ ਨਾਮਦੇਵ ਜੀ ਜੋ ਅਭਿਆਸ ਕਰਦੇ ਸਨ ਜੋ ਮਤ ਦੀ ਗੱਲ ਕਰਦੇ ਹਨ ਪਰ ਅਸੀਂ ਕੋਈ ਵਿਚਾਰ ਕਰਦੇ ਹਾਂ। ਸਪਸ਼ਟ ਗੱਲ ਸਮਝ ਵਿਚ ਆ ਜਾਣੀ ਚਾਹੀਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਉਹਨਾਂ ਹੀ ਭਗਤਾਂ ਦੀ ਸਿੱਖਾਂ ਦੀ ਉਹਨਾਂ ਭੱਟਾਂ ਦੀ ਬਾਣੀ ਨੂੰ ਦਰਜ ਕੀਤਾ ਗਿਆ ਹੈ ਜਿਹਨਾਂ ਦੀ ਵਿਚਾਰਧਾਰਾ ਗੁਰੂ ਘਰ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਸੀ। ਸਭ ਤੋਂ ਪਹਿਲਾਂ ਇਹ ਗੱਲ ਹੀ ਆਪਾਂ ਨੂੰ ਸਪਸ਼ਟ ਆ ਜਾਣੀ ਚਾਹੀਦੀ ਹੈ। ਇਸ ਵਾਸਤੇ ਅਨਹਦ ਸ਼ਬਦ ਚਿਤਨਿਲਕਾਰ ਸ਼ਬਦ ਨਾਦ ਸ਼ਬਦ ਹਾਂ ਜੋ ਪਦ ਵਿੱਚ ਵਰਤੇ ਜਾਂਦੇ ਹਨ ਪਰ ਇਸਦਾ ਮਤਲਬ ਇਹ ਨਹੀਂ ਕਿ ਭਗਤ ਨਾਮਦੇਵ ਜੀ ਜੋ ਸਾਧਨਾ ਕਰਦੇ ਸਨ ਜੋ ਫਿਰ ਜੋ ਮਤ ਦੇ ਧਾਰਨੀ ਸਨ ਇਹ ਮਤਲਬ ਨਹੀਂ ਲਿਆ ਜਾ ਸਕਦਾ। ਥੋੜ੍ਹੀ ਜਿਹੀ ਆਪਾਂ ਰਹਾਉ ਦੀ ਵਿਚਾਰ ਕਰਨ ਤੋਂ ਪਹਿਲਾਂ ਹੀ ਯੋਗ ਦੀ ਗੱਲ ਕਰੀਏ। ਯੋਗ ਦਾ ਅਰਥ ਹੁੰਦਾ ਜੋੜਨਾ ਅਤੇ ਯੋਗ ਸਾਧਨਾ ਦਾ ਅਰਥ ਹੁੰਦਾ ਉਹ ਸਾਧਨਾ ਜਿਹਦੇ ਨਾਲ ਪਰਮੇਸ਼ੁਰ ਨਾਲ ਜੋੜਿਆ ਜਾਵੇ। ਗੁਰਮਤਿ ਨੇ ਯੋਗ ਦਾ ਹੱਠ ਯੋਗ ਦਾ ਮਾਰਗ ਪ੍ਰਵਾਨ ਨਹੀਂ ਕੀਤਾ। ਗੁਰਮਤਿ ਨੇ ਸਹਿਜ ਯੋਗ ਦਾ ਮਾਰਗ ਪ੍ਰਵਾਨ ਕੀਤਾ ਹੈ। ਯੋਗ ਤਾਂ ਹੈ ਪਰ ਸਹਿਜ ਯੋਗ ਹੈ। ਹੱਠ ਯੋਗ ਵਿੱਚ ਪ੍ਰਾਣਾਯਾਮ ਘਰ ਛੱਡ ਦੇਣਾ ਪ੍ਰਵਾਨ
ਸਰੀਰ ਨੂੰ ਕਸ਼ਟ ਦਿੰਦੇ ਆ, ਤੀਰਥਾਂ 'ਤੇ ਜਾ ਕੇ ਟਿਕ ਜਾਂਦੇ, ਤੀਰਥ ਇਸ਼ਨਾਨ ਕਰਦੇ, ਇਹੋ ਜਿਹੇ ਕੰਮ ਹਨ ਜਿਹਨਾਂ ਨੂੰ ਗੁਰਮਤ ਨੇ ਪ੍ਰਵਾਹ ਨਹੀਂ ਕੀਤਾ ਹੱਥ ਯੋਗ ਵਿੱਚ। ਅਤੇ ਸਹਿਜ ਯੋਗ ਉਸਦਾ ਉਲਟ ਮਾਰਗ ਹੈ। ਹੱਥ ਯੋਗ ਦਾ ਮਾਰਗ ਨਾ ਤਾਂ ਸੁਖਾਲਾ ਹੈ ਅਤੇ ਨਾ ਹੀ ਕੁਦਰਤੀ ਹੈ, ਨੈਚੁਰਲ ਨਹੀਂ ਹੈ। ਅਤੇ ਗੁਰਮਤ ਨੇ ਉਹ ਚੀਜ਼ ਪ੍ਰਵਾਨ ਨਹੀਂ ਕੀਤੀ ਜਿਹੜੀ ਕੁਦਰਤੀ ਮਾਰਗ ਨਹੀਂ। ਗੁਰੂ ਨਾਨਕ ਪਾਤਸ਼ਾਹ ਜੀ ਨੇ, ਗੁਰੂ ਸਾਹਿਬਾਨ ਨੇ ਸੰਸਾਰ ਨੂੰ ਮਾਰਗ ਨਹੀਂ ਦਿੱਤਾ ਜਿਹੜਾ ਗੈਰ ਕੁਦਰਤੀ ਹੋਵੇ, ਕੁਦਰਤੀ ਮਾਰਗ ਦਿੱਤਾ। ਅਤੇ ਉਸ ਦਾ ਨਾਮ ਸਹਿਜ ਮਾਰਗ ਰੱਖਿਆ। ਸਹਿਜ ਮਾਰਗ ਇੱਕ ਸੁਖੈਲ ਮਾਰਗ ਹੈ, ਇੱਕ ਸੌਖਾ ਮਾਰਗ ਹੈ, ਜਿਸ ਮਾਰਗ 'ਤੇ ਚੱਲ ਕੇ ਆਤਮਾ ਪਰਮਾਤਮਾ ਦਾ ਲੀਨ ਹੋ ਸਕਦੀ ਹੈ। ਇਹ ਮਾਰਗ ਕੀ ਹੈ? ਤਿੰਨ ਹਿੱਸਿਆਂ ਵਿੱਚ ਆਪਾਂ ਇਹਦੀ ਗੱਲ ਕਰ ਸਕਦੇ ਹਾਂ। ਪਹਿਲੀ ਹੈ ਯਾਦ, ਜਿਹਨੂੰ ਆਪਾਂ ਸਿਮਰਨ ਚਿੰਤਨ ਕਹਿੰਦੇ ਹਾਂ। ਦੂਸਰਾ ਹੈ ਧਿਆਨ, ਜਿਹਨੂੰ ਆਪਾਂ ਸੁਰਤ ਦਾ ਟਿਕਾਓ ਆਖਦੇ ਹਾਂ। ਅਤੇ ਤੀਜਾ ਹੈ ਸ਼ਬਦ। ਇਹ ਤਿੰਨ ਹਿੱਸੇ ਹਨ ਇਸ ਭਗਤ ਮਾਰਗ ਦੇ, ਸਹਿਜ ਸਹਿਜ ਮਾਰਗ ਦੇ। ਥੋੜ੍ਹਾ ਥੋੜ੍ਹਾ ਵਿਚਾਰ ਜ਼ਰੂਰ ਕਰ ਲਈਏ ਤਾਂ ਕਿ ਸ਼ਬਦ ਦੀ ਸਮਝ ਆ ਜਾਏਗੀ, ਨਹੀਂ ਤਾਂ ਸ਼ਬਦਾਂ ਦੇ ਲਫ਼ਜ਼ੀ ਅਰਥਾਂ ਤੋਂ ਲੱਗੇਗਾ ਕਿ ਇਹਦੇ ਵਿੱਚ ਕੋਈ ਹੋਰ ਚੀਜ਼ ਨਹੀਂ ਹੈ। ਜੋ ਯਾਦ ਹੈ ਇਹ ਤਰਫ ਨੂੰ ਪੈਦਾ ਕਰਦਾ ਬਿਹਤਰ ਹੈ। ਯਾਦ ਦਾ ਜਨਮ ਵਿਛੋੜੇ ਤੋਂ ਹੁੰਦਾ ਹੈ। ਜਦ ਤੱਕ ਵਿਛੋੜੇ ਦਾ ਅਹਿਸਾਸ ਨਹੀਂ ਹੁੰਦਾ ਉਦੋਂ ਤੱਕ ਕਿਸੇ ਦੀ ਯਾਦ ਨਹੀਂ ਆਉਂਦੀ। ਤੇ ਜਦੋਂ ਯਾਦ ਆ ਜਾਂਦੀ ਹੈ ਮਿਲਾਪ ਤੱਕ, ਫਿਰ ਮਨੁੱਖ ਨੂੰ ਸ਼ਬਦ ਵੀ ਨਹੀਂ ਆਉਂਦਾ। ਜਦ ਤੱਕ ਮਿਲਾਪ ਨਹੀਂ ਆਉਂਦਾ ਸ਼ਬਦ ਤੱਕ ਨਹੀਂ ਪਹੁੰਚਦਾ। ਅੰਦਰ ਪਿਆਸ ਉੱਠੀ ਪ੍ਰਭ ਤੇਰੀ, ਸੁਣ ਬਚਨ ਮਨ ਤੀਰ ਲਗਈਆ, ਮਨ ਹੀ ਬਿਰਥਾ ਮਨ ਹੀ ਜਾਣੇ, ਅਵਰ ਕੇ ਜਾਣੇ ਉਹ ਪੀਰ ਪਰਈਆ, ਰਾਮ ਮੋਹਨ ਮੋਹ ਮਨ ਲਈਆ, ਉਹ ਆਪਣੇ ਬਿਗਲ ਭਈ ਨੂੰ ਦੇਖੇ ਹੁਣ ਲੋਟ ਕੋਟ ਹੋ ਗਈਆ। ਇਹ ਤਰਫ ਦਰਸ਼ਨ ਪਿਆਸੀ ਦਿਸ ਰਾਤ, ਚਿਲਮੋ ਅੰਦਰ ਨੀਂਦ ਖੋਲ, ਕਪਗੁਰ ਮੇਲੀਆ ਨਾਨਕ ਹਰ ਸਕ ਨੀਂਦ। ਤੜਕ ਇਹੋ ਜਿਹੀ ਹੈ, ਯਾਦ ਇਹੋ ਜਿਹੀ ਹੈ, ਹੱਥ ਜੋੜ ਕੇ ਗੁਰੂ ਕਾ ਸਿਰ ਖੜਾ ਹੋ ਜਾਏ ਤੇ ਤਰਲਾ ਕਰੇ ਸੁਣ ਯਾਰ ਹਮਾਰੇ ਸੱਜਣ, ਇੱਕ ਕਰਮ ਦਿਆ ਇਸ ਮੋਹਨ ਲਾਲ ਪਿਆਰੇ, ਹੁਣ ਫਿਰੂ ਖਜੰਦੀਆ ਇਸ ਦਸ ਪਿਆਰੇ, ਸਿਰ ਧਰੀ ਉਤਾਰੇ ਇੱਕ ਭੋਲੀ ਦਰਸ਼ਨ ਦੂਜਾ, ਨੈਣ ਹਮਾਰੇ ਰੰਗ ਰੰਗਾਰੇ, ਇੱਕ ਦਿਲ ਮੀਨਾ ਤਰੀਜੈ, ਪ੍ਰਭ ਸਿਉਂ ਮਨ ਲੀਨਾ ਜਿਉਂ ਜਲ ਮੀਨਾ, ਚਾਰਕ ਜਿਵੇਂ ਦਸੰਤੀਆ, ਜਦ ਨਾਨਕ ਗੁਰਪੁਰਾ ਪਾਇਆ ਸਗਲੀ ਦਿਖਾ ਗੁਜਰਦੀਆ। ਤਰਫ ਤੋਂ ਮਿਲਾਪ ਤੱਕ ਦਾ ਸ਼ਬਦ ਇਹ ਯਾਦ
ਯਾਦ ਹੀ ਪ੍ਰੀਤਮ ਦੇ ਦੇਸ਼ ਵਿੱਚ ਨਿਜ਼ਾਮ ਦਾ ਇੱਕ ਸਾਧਨ ਹੈ। ਬਾਰ ਬਾਰ ਜਦੋਂ ਯਾਦ ਦਿਸਦੀ ਆਵੇ, ਗੁਰੂ ਕੇ ਪਿਆਰ ਆਵੇ, ਉਹ ਧਿਆਨ ਵੀ ਉਸ ਵਿੱਚ ਲੱਗ ਜਾਂਦਾ ਹੈ। ਜੇ ਪ੍ਰਭੂ ਦੀ ਯਾਦ ਆਵੇ, ਧਿਆਨ ਪ੍ਰਭੂ ਵਿੱਚ ਜੁੜ ਜਾਂਦਾ ਹੈ। ਸਹਿਜ ਮਾਰਗ ਦਾ ਸਾਧਨ ਧਿਆਨ ਹੈ। ਧਿਆਨ ਕੀ ਹੈ? ਧਿਆਨ ਕੋਈ ਭੋਲਿਆਂ ਵਿੱਚ ਬੈਠ ਕੇ ਸਮਾਧੀਆਂ ਲਾਉਣ ਦਾ ਮਾਰਗ ਨਹੀਂ ਹੈ। ਧਿਆਨ ਕੋਈ ਵਿਚਲੇ ਬੈਠ ਕੇ ਹੋਰ ਉਦਾਸੀਆਂ ਕਰਨ ਦਾ ਮਾਰਗ ਨਹੀਂ ਹੈ। ਇਹ ਧਿਆਨ ਚਿੰਤਨ ਵਿੱਚ ਹੈ। ਇਹ ਧਿਆਨ ਸੁਖ ਵਿੱਚ ਹੈ। ਇਹ ਧਿਆਨ ਉੱਥੇ ਹੈ ਜਿੱਥੋਂ ਪਰਮ ਪਿਤਾ ਪਰਮੇਸ਼ਵਰ ਦਾ ਦੀਦਾਰ ਹੋਣਾ ਹੈ। ਇਹ ਧਿਆਨ ਉਹ ਹੈ। ਇਹ ਧਿਆਨ ਹੋਰ ਨਹੀਂ। ਇਹ ਧਿਆਨ ਹੈ ਉਠਤ ਬੈਠਤ ਸ਼ੋਭਤ ਨਾਮ। ਇਹ ਉਹ ਧਿਆਨ ਹੈ। ਇਹ ਧਿਆਨ ਘਰ ਛੱਡਣ ਦਾ ਧਿਆਨ ਨਹੀਂ ਸੀ। ਜੇ ਧਿਆਨ ਲਾਉਣਾ ਪਰਿਵਾਰ ਛੱਡ ਦਿਓ, ਧਿਆਨ ਲਾਉਣਾ ਘਰ ਛੱਡ ਦਿਓ, ਧਿਆਨ ਲਾਉਣਾ ਸਮਾਧੀ ਲਾ ਲਓ, ਧਿਆਨ ਲਾਉਣਾ ਘੋੜਿਆਂ ਵਿੱਚ ਵੜ ਜਾਓ, ਧਿਆਨ ਲਾਉਣਾ ਮਨੁੱਖਾਂ ਦੇ ਨਿਵਾਸ ਦਾ ਨਹੀਂ। ਮਨ ਕਹਿੰਦੇ ਉੱਠਤ ਬੈਠਤ ਸੋਵਤ ਨਾਮ। ਇਹ ਤਾਂ ਉੱਠਦੇ ਹਾਂ ਬਹਿੰਦੇ ਹਾਂ। ਨਾਨਕ ਸਤਿਗੁਰੂ ਭੇਟਿਆ ਪੂਰੀ ਹੋਵੇ ਜੁਗਤ, ਪ੍ਰਸੰਨਿਆ ਬੇਲੰਦਿਆ ਬੇਲੰਦਿਆ ਕਰਵੰਦਿਆ ਵਿੱਚੇ ਹੋ ਗਿਆ ਮੁਕਤ। ਉਹ ਧਿਆਨ ਇੱਥੋਂ ਚਲਦੀ ਚਲਦੀ ਯਾਤਰਾ ਵਿੱਚ ਸ਼ਬਦ ਦੇ ਮਿਲਾਪ ਤੱਕ ਪਹੁੰਚਦੀ ਹੈ, ਜਿਸਦਾ ਜਿਹੜੇ ਭਗਤ ਰਾਮ ਦੇਵ ਜੀ ਨੇ ਸ਼ਬਦ ਵਿੱਚ ਕੀਤਾ। ਇਹ ਧਿਆਨ ਦਾ ਗੁਰੂ ਮਿਲਦਾ ਤੇ ਗੁਰੂ ਪਰਮੇਸ਼ਰ ਨੂੰ ਬੁਲਾਉਣ ਦਾ ਇੱਕ ਸਾਧਨ ਹੈ। ਬਿਨਾਂ ਸਤਿਗੁਰੂ ਦੀ ਸ਼ਰਨ ਤੋਂ, ਬਿਨਾਂ ਸ਼ਬਦ ਦੀ ਚਰਚੀ ਲੱਗਿਆ, ਬਿਨਾਂ ਗੁਰੂ ਤੋਂ ਪਰਮਾਤਮਾ ਦਾ ਮਿਲਾਪ ਨਹੀਂ। ਤੇ ਮਹਾਰਾਜ ਨੇ ਵਾਰ ਵਾਰ ਇਹ ਗੱਲ ਸਮਝਾਈ ਹੈ। ਕਿਉਂ ਮਿਲਾਪ ਨਹੀਂ? ਕਿਉਂਕਿ ਗੁਰੂ ਤੋਂ ਬਿਨਾਂ ਜੀਵਨ ਵਿੱਚ ਹਨੇਰਾ ਹੈ। ਗੁਰੂ ਤੋਂ ਬਿਨਾਂ ਪਰਮੇਸ਼ਰ ਦੇ ਮਾਰਗ ਦਾ ਪਤਾ ਨਹੀਂ ਲੱਗਦਾ। ਗੁਰੂ ਦੀ ਸ਼ਬਦ ਮਾਰਗ ਤੋਂ ਬਿਨਾਂ ਅੰਦਰੋਂ ਵਿਕਾਸ ਵਿਕਾਸ ਮਹਿਸੂਸ ਨਹੀਂ ਹੁੰਦਾ। ਔਰ ਗੁਰੂ ਦੀ ਸ਼ਬਦ ਮਾਰਗ ਤੋਂ ਬਿਨਾਂ ਮਨੁੱਖ ਮੁਕਤੀ ਵੀ ਪ੍ਰਾਪਤ ਨਹੀਂ ਕਰ ਸਕਦਾ। ਜਨਮ ਮਰਨ ਦਾ ਗੇੜ ਵੀ ਨਹੀਂ ਕੱਟਿਆ ਜਾ ਸਕਦਾ। ਇਸੇ ਕਰਕੇ ਹੀ ਤਾਂ ਭੱਟਾ ਨੇ ਇਹ ਗੱਲ ਸਮਝਾ ਦਿੱਤੀ, ਗੁਰ ਬਿਨ ਘੋਰ ਅਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਕੋਈ ਸੋਚਦਾ ਕੀ ਹੈ ਬਈ? ਦਿਮਾਗ ਕਿਹੜੇ ਪਾਸੇ? ਗੁਰ ਕਰ ਸਤ ਵਿਚਾਰ, ਗੁਰੂ ਕਰ ਲੈ ਮਨ ਮੇਰੇ, ਗੁਰ ਕਰ ਸ਼ਬਦ ਸੁਗੰਧ ਪ੍ਰਗਟ ਕਰਕੇ ਸਭ ਤੇਰੇ, ਤੇਰੇ ਸਾਰੇ ਪਾਪਾਂ ਨੂੰ ਕੱਢ ਕੇ ਗੁਰੂ ਤੈਨੂੰ ਬੁਲਾ ਲਿਆ। ਸੋਚਦਾ ਕੀ ਦੌੜ ਕੇ ਗੁਰੂ ਦੀ ਸ਼ਬਦ ਵਿੱਚ ਬਹਿ, ਗੁਰੂ ਦੀ ਗੋਦ ਵਿੱਚ ਬਹਿ, ਸੋਚਦਾ ਕੀ ਹੈ? ਵੱਡਾ ਨੇ ਵੀ ਇਹ ਗੱਲ ਸੋਚਿਆ, ਫਿਰ ਸਤਿਗੁਰੂ ਕਿਵੇਂ ਨਾ ਪਾਇਓ, ਫਿਰ ਸਤਿਗੁਰੂ ਕਿਵੇਂ ਨਾ ਪਾਇਆ? ਪੱਕੀ ਗੱਲ ਕਰ ਇੱਕ ਵਾਰੀ ਨਹੀਂ, ਦ੍ਰਿੜਤਾ ਚਾਹੀਦੀ ਹੈ। ਦੇਖੋ, ਸੋਚੋ, ਉਸ ਸੰਸਾਰ ਦੇ ਲੋਕ, ਦੁਨੀਆਂ ਦੇ ਲੋਕ ਗੁਰੂ ਦੀ ਸ਼ਬਦ ਪੈਣ ਤੋਂ ਬਿਨਾਂ ਲਾਭ ਨਹੀਂ ਮਿਲਦਾ। ਹੁਣ ਸ਼ਬਦ ਹੈ, ਜਦੋਂ ਸ਼ਬਦ ਵਿੱਚ ਪਹੁੰਚੇ, ਸ਼ਬਦ ਆਵਾਜ਼ ਹੈ, ਸ਼ਬਦ ਹੁਕਮ ਹੈ, ਪ੍ਰਭੂ ਦਾ ਹੁਕਮ ਹੈ, ਸ਼ਬਦ ਪਰਮੇਸ਼ਰ ਹੈ, ਸ਼ਬਦ ਸਮਰੱਥ ਸਤਿਗੁਰੂ ਦਾ ਸੰਦੇਸ਼ ਹੈ। ਆਪਾਂ ਕਈ ਵਾਰੀ ਸ਼ਬਦ ਦੀ ਗੱਲ ਕਰਦੇ, ਸ਼ਬਦ ਕੀ ਚੀਜ਼ ਹੈ? ਆਪਾਂ ਸ਼ਬਦ ਨੂੰ ਗੁਰੂ ਕਹਿੰਦੇ ਹਾਂ, ਤੇ ਸ਼ਬਦ ਗੁਰੂ ਹੈ ਕੀ ਹੈ?
ਹੁਕਮ ਦਾ ਹੁਕਮ ਆਮ ਬੋਲੀ ਦੀ ਸ਼ਬਦ ਨੂੰ ਆਵਾਜ਼ ਕਿਹਾ ਜਾਂਦਾ। ਅਸੀਂ ਕਹਿੰਦੇ ਆਵਾਜ਼ਾਂ ਲੈ ਲਓ, ਹੁਕਮਾਂ ਲੈ ਲਓ, ਭਾਵ ਸ਼ਬਦ ਪੜ੍ਹ ਕੇ ਸਿਖਾਓ, ਗੁਰੂ ਕੀ ਆਖਦਾ ਉਹ ਦੱਸੋ। ਸ਼ਬਦ ਕਦੋਂ ਲਈ ਵੀ ਇਸਤੇਮਾਲ ਕੀਤਾ ਗਿਆ, ਸ਼ਬਦ ਪ੍ਰਤੱਖ ਸਤਿਗੁਰੂ ਲਈ ਵੀ ਇਸਤੇਮਾਲ ਕੀਤਾ ਗਿਆ ਹੈ ਤੇ ਸ਼ਬਦ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਸ਼ਬਦ ਕਿਰਤਮ ਸ਼ਬਦ ਹਨ ਜਦੋਂ ਪਰਮਾਤਮਕ ਸ਼ਬਦ ਅਸੀਂ ਕਹਿੰਦੇ ਹਾਂ, ਤੇ ਦੂਜਾ ਸ਼ਬਦ ਅਨਹਦ ਸ਼ਬਦ ਹੈ ਜਦੋਂ ਅਧਿਆਤਮਕ ਸ਼ਬਦ ਅਸੀਂ ਆਖਦੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਦੋਨੇ ਕਿੰਨਾ ਨੇ ਸ਼ਬਦ ਇਸਤੇਮਾਲ ਕੀਤਾ ਹੈ। ਸਹਿਜ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦੋਨੇ ਹੀ ਕਿੰਨਾ ਨੇ ਇਹ ਸ਼ਬਦ ਇਸਤੇਮਾਲ ਕੀਤਾ ਹੈ। ਇੱਕ ਸ਼ਬਦ ਕਿਰਤਮ ਹੈ, ਕਿਰਤਮ ਸ਼ਬਦ ਕੀ ਹੁੰਦਾ ਹੈ, ਵਰਤਾਤਮਕ ਸ਼ਬਦ ਕਹਿੰਦੇ ਜਿਹੜਾ ਵਰਤਮਾਨਾ ਵਿੱਚ ਆ ਗਿਆ, ਕੂੜਾ ਐਸਾ ਏੜੀ ਸੱਸਾ ਜਿਹੜਾ ਜਿਹਦਾ ਸ਼ਬਦ ਲਿਖਿਆ ਜਾ ਸਕਿਆ, ਉਹਨੂੰ ਵੀ ਸ਼ਬਦ ਕਹਿੰਦੇ ਹਨ। ਕਿ ਜੋ ਕੁਝ ਲਿਖਣਾ ਤੁਸੀਂ ਕਹਿੰਦੇ ਸ਼ਬਦ ਲਿਖੋ, ਬੋਲਣਾ ਤੁਸੀਂ ਕਹਿੰਦੇ ਸ਼ਬਦ ਬੋਲੋ, ਜਿਹੜਾ ਬੋਲੀ ਨਾਲ ਬੋਲਿਆ ਜਾ ਸਕੇ, ਜ਼ਬਾਨ ਨਾਲ ਬੋਲਿਆ ਜਾ ਸਕੇ, ਜਿਹੜਾ ਕਲਮ ਨਾਲ ਲਿਖਿਆ ਜਾ ਸਕੇ, ਕੰਨਾਂ ਨਾਲ ਸੁਣਿਆ ਜਾ ਸਕੇ, ਉਹ ਸ਼ਬਦ ਕਿਰਤਮ ਸ਼ਬਦ ਕਿਹਾ ਜਾਂਦਾ ਹੈ। ਉਹਨੂੰ ਵਰਤਾਤਮਕ ਸ਼ਬਦ ਕਿਹਾ ਜਾਂਦਾ ਹੈ। ਬੋਲੀ ਵਿੱਚ ਆਉਣ ਵਾਲੇ ਸ਼ਬਦ ਨੂੰ ਵਰਤਾਤਮਕ ਸ਼ਬਦ ਕਿਹਾ ਜਾਂਦਾ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਸਾਰੇ ਅੱਖਰ ਲਿਖੇ ਹੋਏ ਹਨ। ਇਹ ਸ਼ਬਦ ਨੂੰ ਅਸੀਂ ਵਰਤਾਤਮਕ ਸ਼ਬਦ ਕਹਿੰਦੇ ਹਾਂ ਕਿਉਂਕਿ ਲਿਖਤ ਵਿੱਚ ਆਇਆ। ਅਨਹਦ ਸ਼ਬਦ ਉਹ ਸ਼ਬਦ ਹੁੰਦਾ ਹੈ ਜਿਹੜਾ ਨਾਮ ਕਰਨਾ ਨਾਲ ਸੁਣਿਆ ਜਾ ਸਕਦਾ ਹੈ, ਅਬਾਹ ਕਰਨਾ ਜਿਹੜਾ ਇਸ ਬੋਲੀ ਨਾਲ ਬੋਲਿਆ ਨਹੀਂ ਜਾ ਸਕਦਾ, ਜਿਹਨੂੰ ਕਲਮ ਲਿਖ ਨਹੀਂ ਸਕਦੀ, ਉਹ ਸ਼ਬਦ ਕੇਵਲ ਰਸ ਹੈ, ਅਰੰਭ ਹੈ ਔਰ ਲਗਾਤਾਰ ਇੱਕ ਰਸ ਚੱਲਣ ਵਾਲਾ ਹੈ ਜਿਹੜਾ ਅੰਦਰੋਂ ਹੀ ਪੈਦਾ ਹੁੰਦਾ ਹੈ ਤੇ ਅੰਦਰ ਹੀ ਸਵਾਦ ਹੁੰਦਾ ਰਹਿੰਦਾ ਹੈ। ਤੇ ਉਸੇ ਸ਼ਬਦ ਦਾ ਜ਼ਿਕਰ ਭਗਤ ਨਾਮਦੇਵ ਜੀ ਨੇ ਅੱਜ ਦੇ ਸ਼ਬਦ ਵਿੱਚ ਕੀਤਾ ਹੈ। ਪਹਿਲਾਂ ਬੋਲੀ ਨੂੰ ਚੱਲਿਆ, ਜ਼ਬਾਨ ਨਾਲ ਬੋਲਿਆ, ਜ਼ਬਾਨ ਨਾਲ ਬੋਲਿਆ ਹੋਇਆ ਸ਼ਬਦ ਹਿਰਦੇ ਵਿੱਚ ਵਸ ਗਿਆ ਤੇ ਜਦੋਂ ਅਧਿਆਤਮਕ ਸ਼ਬਦ ਵੀ ਜੁੜ ਗਿਆ, ਇਹ ਸ਼ਬਦ ਉਸ ਅਧਿਆਤਮਕ ਸ਼ਬਦ ਆਨੰਦ ਵਿੱਚ ਪਹੁੰਚ ਗਿਆ, ਜਿੱਥੇ ਜਾ ਕੇ ਉਹ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਉਸ ਅਵਸਥਾ ਦਾ ਬਿਆਨ ਭਗਤ ਨਾਮਦੇਵ ਜੀ ਨੇ ਆਏ ਦੇ ਸ਼ਬਦ ਵਿੱਚ ਕੀਤਾ ਹੈ। ਤੇ ਸ਼ਬਦ ਦੀ ਆਖਰੀ ਪੰਕਤੀ ਹੈ, ਨਾਦ ਸੁਭਾਈ ਹੋਰੇ ਸਾਨੂੰ ਭੇਟ ਲੈ ਦੇਵਾ, ਨਾਦ ਸੁਭਾਈ ਹੋਰੇ ਸਾਨੂੰ ਭੇਟ ਲੈ ਦੇਵਾ। ਸਮਾਏ ਦਾ ਲੀਨ ਹੋ ਜਾਣਾ, ਲੀਨਤਾ ਹੋ ਜਾਣੀ ਕਿਸੇ ਚੀਜ਼ ਵਿੱਚ ਸਮਾ ਜਾਣਾ,
ਪਾਣੀ ਵਿੱਚ ਪਾਣੀ ਪਾ ਦਿਓ, ਪਾਣੀ ਪਾਣੀ ਵਿੱਚ ਸਮਾ ਗਿਆ, ਦੁੱਧ ਦੁੱਧ ਵਿੱਚ ਪਾਤਾ ਹੁਣ ਸਮਾ ਗਿਆ, ਹੁਣ ਵੱਖ ਨਹੀਂ ਹੋ ਸਕਦਾ, ਪਾਣੀ ਵਿੱਚ ਪਾਣੀ ਪਾਤਾ ਵੱਖ ਨਹੀਂ ਹੋ ਸਕਦਾ, ਕਿਹੜਾ ਪਾਣੀ ਪਾਇਆ ਪਤਾ ਨਹੀਂ। ਤੇ ਸ਼ਾਇਦ ਕਹਿਣ ਲੱਗੇ ਭਗਤ ਨਾਮਦੇਵ ਜੀ ਕਿਵੇਂ ਸਮਾ ਗਿਆ, ਲੀਨ ਕਿਵੇਂ ਹੋ ਗਿਆ, ਸਤਿਗੁਰ ਦੇਵਾ ਦਰਸ਼ਨ ਪਰਮਾਤਮਾ ਦੇਵਾ ਕੋਈ ਦੇਵਤਾ ਨਹੀਂ, ਬ੍ਰਹਮਾ ਵਿਸ਼ਨੂੰ ਮਹੇਸ਼ ਕੋਈ ਇਸਦਾ ਜਿਕਰ ਨਹੀਂ ਹੈ, ਦੇਵਾ ਦਰਸ਼ਨ ਪ੍ਰਭੂ ਸਮਰਥ ਪਰਮਾਤਮਾ ਸਤਿਗੁਰ ਨੇ ਪਰਮਾਤਮਾ ਨਾਲ ਮਿਲਾ ਦਿੱਤਾ। ਜਦੋਂ ਸਤਿਗੁਰ ਨੇ ਪਰਮਾਤਮਾ ਨਾਲ ਮਿਲਾਇਆ ਉਦੋਂ ਵੀ ਹੋਇਆ, ਸ਼ਬਦ ਵਿੱਚ ਲੀਨਤਾ ਹੋ ਗਈ, ਸਮਾਇਆ ਕਰੇ ਸ਼ੰਕਰਾ ਜੀ, ਹੋਰ ਤਾਂ ਕੋਈ ਬਾਤ ਨਹੀਂ, ਹੋਰ ਕੋਈ ਬਾਤ ਨਹੀਂ, ਸ਼ਬਦ ਵਿੱਚ ਅਦਾ ਆਇਆ, ਸ਼ਬਦ ਵਿੱਚ ਸੁੱਖ ਜੁੜੀ, ਸ਼ਬਦ ਵਿੱਚ ਪ੍ਰੇਮ ਹੋਇਆ, ਸ਼ਬਦ ਵਿੱਚੋਂ ਰਸ ਬਣਿਆ, ਇਹ ਰਸ ਕਰਮ ਰਸ ਬਣ ਗਿਆ, ਇੱਕ ਰਸ ਗੁਜ਼ਾਰ ਲਿਆ, ਜਿਹੜੇ ਪਦਾਰਥਾਂ ਦੇ ਰਸ ਆ ਉਹ ਰਸ ਖੁੜ ਜਾਵੇਗਾ, ਇਹ ਰਸ ਸਦਾ ਰਹਿਣ ਵਾਲਾ ਹੈ, ਇਹ ਰਸ ਸਦਾ ਰਹਿਣ ਵਾਲਾ ਹੈ। ਤੇ ਸ਼ਬਦ ਦਾ ਰਸ ਐਸਾ ਰਸ ਆਇਆ ਜਿਹੜਾ ਪਰਮ ਆਤਮਾ ਵਿੱਚ ਲੀਨ ਕਰ ਗਿਆ, ਤੇ ਮਿਲਦਾ ਕਿਉਂ ਹੈ, ਸਤਿਗੁਰ ਦੇ ਨਾਮ ਪਾਈਆ ਕਰਮ ਮਿਲੇ ਪਰਮ ਸੋਈ ਗੁਰੂ ਅਮਰਦਾਸ ਪਾਤਸ਼ਾਹ, ਕਿਉਂਕਿ ਮਿਲਦਾ ਕਿਉਂ ਹੈ, ਬਿਨਾਂ ਗੁਰੂ ਦੀ ਸ਼ਬਦ ਪੈਰ ਤੋਂ ਨਹੀਂ ਮਿਲਦਾ, ਕਿਉਂ, ਕਿਉਂਕਿ ਗੁਰੂ ਤੋਂ ਬਿਨਾਂ ਅਗਿਆਨਤਾ ਦਾ ਹਨੇਰਾ ਕੱਢਿਆ ਹੀ ਨਹੀਂ ਜਾ ਸਕਦਾ, ਗੁਰੂ ਤੋਂ ਬਿਨਾਂ ਘੋਰ ਹਨੇਰਾ ਕੱਢਿਆ ਹੀ ਨਹੀਂ ਹੁੰਦਾ। ਆਪਾਂ ਕਈ ਵਾਰ ਤਾਂ ਸੁਣਿਆ, ਅੱਜ ਵੀ ਸੁਣਿਆ, ਕਦੇ ਰਾਜੀ ਗੁਰੂ ਆਪਣੇ ਦੀਵਾਲੀ ਸਭ ਵਾਰ ਜਿਹੜੇ ਮਾਨਸ ਦੇ ਦੇਵਤੇ ਦੇਵਤੇ ਵੀ ਹੋਇਆ, ਕੋਈ ਸ਼ਗਨ ਬਦਲ ਦਿੱਤੀ, ਕੋਈ ਵਰਦੀ ਬਦਲ ਗਈ, ਕੋਈ ਕੱਪੜੇ ਬਦਲ ਗਏ, ਸੋਚ ਬਦਲ ਗਈ, ਵਿਚਾਰ ਬਦਲ ਗਏ, ਇਹਨਾਂ ਵਿਚਾਰ ਨੂੰ ਕੱਢ ਕੇ ਸ਼ਬਦ ਵਿੱਚ ਲੀਨ ਕਰਕੇ ਉਹਦੇ ਵਿਚਾਰ ਆ ਗਏ। ਇਹ ਵੀ ਪੜ੍ਹਦੇ ਹਨ, ਜੇ ਸੋ ਚੰਦਾ ਹੁਕਮੈ ਸੂਰਜ ਚੜ੍ਹੇ ਹਵਾਰ, ਇੱਥੇ ਚੰਨ ਹੁੰਦਾ ਗੋਬਿੰਦ ਹੋਰ ਦਾ ਤਾਰ, ਸ਼ਬਦ ਦਾ ਦਾਤਾ ਸਤਿਗੁਰੂ ਹੈ, ਕਿਤੋਂ ਹੋਰ ਮਿਲਦਾ ਹੀ ਨਹੀਂ, ਗੁਰ ਦਾ ਸ਼ਬਦ ਗੁਰ ਸਹਿ ਕੀਤਾ ਹੈ ਗੁਰੂ ਅਮਰਦਾਸ ਪਾਤਸ਼ਾਹ। ਇਹ ਵੀ ਬਚਨ ਗੁਰੂ ਅਮਰਦਾਸ ਮਹਾਰਾਜ ਦਾ ਵੀ ਗੁਰੂ ਦਾ ਸ਼ਬਦ ਗੁਰੂ ਤੋਂ ਹੀ ਟਿਕਦਾ ਹੈ, ਹੋਰ ਫਿਰ ਪ੍ਰਗਟ ਨਾ ਹੋਵੇ ਜੋ ਭੱਜ ਕੇ ਦੇਖ ਲਓ, ਉਦਾਸੀਆਂ ਕਰ ਲਓ, ਝੂਲੇ ਕਰ ਲਓ, ਸੁੱਖੜਾ ਸੁੱਖ ਲਓ, ਜੋ ਮਰਜ਼ੀ ਕਰ ਲਓ, ਸਵਾਲ ਪੈਦਾ ਨਹੀਂ ਹੁੰਦਾ, ਜਿੰਨੇ ਮਰਜ਼ੀ ਪਾਠ ਕਰੀ ਜਾਈਏ ਜਦ ਤੱਕ ਸ਼ਬਦ ਦੀ ਸ਼ਬਦ ਨਹੀਂ ਆਉਂਦੀ ਉਹ ਰਸ ਤੇ ਉਹ ਆਨੰਦ ਵੀ ਨਹੀਂ ਬਣ ਸਕਦਾ, ਕਿਉਂਕਿ ਸ਼ਬਦ ਗੁਰੂ ਤੋਂ ਮਿਲਣਾ ਤੇ ਗੁਰੂ ਦਾ ਸ਼ਬਦ, ਗੁਰੂ ਦਾ ਸ਼ਬਦ ਗੁਰੂ ਪਾਸੋਂ ਮਿਲਦਾ ਹੈ। ਤੇ ਭਗਤ ਨਾਮਦੇਵ ਜੀ ਕਹਿੰਦੇ ਸਤਿਗੁਰੂ ਨੇ ਟੁੱਟ ਕੇ ਮੈਨੂੰ ਸ਼ਬਦ ਦਿੱਤਾ ਹੈ, ਪਰਮਾਤਮਾ ਦਾ ਬਲਾ ਦਿੱਤਾ ਹੈ, ਉਹਨੇ ਮੇਰੀ ਝੋਲੀ ਵਿੱਚ ਸ਼ਬਦ ਪਾ ਦਿੱਤਾ ਹੈ। ਹੁਣ ਸ਼ਬਦ ਕਿੰਨੀ ਉੱਤਮ ਚੀਜ਼ ਹੈ, ਕਿਉਂਕਿ ਸ਼ਬਦ ਕਿਸੇ ਦੇ ਨਿੱਜੀ ਵਿਚਾਰ ਨਹੀਂ ਹਨ, ਕਿ ਪਿਆਰ ਆਇਓ
ਸ਼ਬਦ ਮੇਰੇ ਕੋਲ ਨਹੀਂ, ਸ਼ਬਦ ਤੁਹਾਡੇ ਕੋਲ ਨਹੀਂ, ਸ਼ਬਦ ਗੁਰੂ ਸਾਹਿਬਾਨ ਦੇ ਆਪਣੇ ਕੋਲ ਨਹੀਂ, ਸ਼ਬਦ ਭਗਤਾਂ ਦੇ ਕੋਲ ਨਹੀਂ, ਇਹ ਸ਼ਬਦ ਤਾਂ ਮੇਰੇ ਪਵਿੱਤਰ ਦੇ ਦੇਸ਼ ਦੇ ਮੂਲ ਹਨ ਜਿਹੜੇ ਉਹਨਾਂ ਦੀ ਰਾਹੀਂ ਸਾਡੇ ਤੱਕ ਪਹੁੰਚੇ। ਇਹ ਤਾਂ ਮੇਰੇ ਪਿਆਰੇ ਪ੍ਰਭ ਦੇ ਬੋਲ ਹਨ, ਸ਼ਬਦ ਮੇਰੇ ਕੋਲ ਨਹੀਂ, ਸ਼ਬਦ ਤੁਹਾਡਾ ਵੀ ਕੋਲ ਨਹੀਂ, ਸ਼ਬਦ ਗੁਰੂ ਸਾਹਿਬਾਨ ਦੇ ਆਪਣੇ ਕੋਲ ਵੀ ਨਹੀਂ। ਕਿਉਂ? ਜੈਸੀ ਮੈਂ ਆਵੈ ਖਸਮ ਕੀ ਪਾਣੀ, ਤੈਸਲਾ ਕਰੀ ਗਿਆਨ ਵਿਹਲਾ ਤੋ, ਹੁਣ ਆਪੂ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਉ ਜੀਓ। ਤੇ ਮੇਰੇ ਮਾਲਕ ਦਾ ਹੁਕਮ ਹੋਇਆ, ਉਹ ਬੋਲ ਬੋਲ ਕੇ ਭਾਰਤ ਭੂਮੀ ਵਿੱਚ ਪਾ ਲਿਆ। ਮੈਂ ਤਾਂ ਉਹਦੇ ਘਰ ਦੇ ਬੋਲ, ਜਿਸਦੇ ਘਰ ਵਿੱਚ ਆਪਾਂ ਜਾਣਾ ਹੈ ਉਹਦੀ ਬੋਲੀ ਚ ਸਾਨੂੰ ਸ਼ਕਤੀ ਨਾ ਆਵੇ ਸਭ ਜਗਤ। ਮੈਂ ਬੋਲੀ ਜਾਵਾਂ ਤਾਂ ਤੁਹਾਡੀ ਮੇਰੀ ਬੋਲੀ ਹੋਰ ਹੋਵੇ, ਤੇ ਤੁਹਾਡੀ ਬੋਲੀ ਹੋਰ ਹੋਵੇ, ਨਾ ਤੁਹਾਨੂੰ ਪੰਜਾਬੀ ਆਉਂਦੀ ਹੋਵੇ ਤੇ ਮੈਨੂੰ ਇੰਗਲਿਸ਼ ਨਾ ਆਉਂਦੀ ਹੋਵੇ, ਤੇ ਆਪਾਂ ਮੈਨੂੰ ਪੰਜਾਬੀ ਸ਼ੁਕਰ ਨਹੀਂ ਬੋਲੀ ਦਿਓ। ਫਰਕ ਦੀ ਆਵਾਜ਼ ਆ ਗਈ, ਸਭ ਨੂੰ ਕੁਛ ਵੀ ਨਹੀਂ ਆ ਗਿਆ। ਇਹ ਬੋਲੀ ਉਹਦੀ ਹੈ ਜਿਹੜੇ ਘਰ ਵਿੱਚ ਜਾਣਾ। ਭਗਤੀ ਕਹਿੰਦੇ ਮੈਂ ਤਾਂ ਉਹਦੀ ਬੋਲੀ ਬੋਲਦਾ, ਕਿਉਂਕਿ ਬੋਲੀ ਮੈਨੂੰ ਸਤਿਗੁਰੂ ਨੇ ਉਹਦਾ ਬਲਾ ਦਿੱਤੀ। ਇਸ ਬੋਲੀ ਰਾਹੀਂ ਮੈਂ ਉਹਦੇ ਬੋਲ ਬੋਲਣੇ ਨੇ, ਮੈਨੂੰ ਉਹਦਾ ਸਮਝ ਪਈ। ਨਾਥ ਸਮਾਏ ਜੋ ਰੇ, ਹੇ ਭਾਈ ਰੇ ਦਾ ਲਿੰਗ ਹੈ, ਹੇ ਭਾਈ ਮਿਲ ਗਿਆ, ਸ਼ਬਦ ਚ ਲੀਨ ਹੋ ਗਿਆ। ਕਿਉਂ ਹੋ ਗਿਆ? ਕਿ ਸਤਿਗੁਰ ਨੇ ਮੈਨੂੰ ਪਿਆਰਾ ਪ੍ਰਭੂ ਬੁਲਾ ਦਿੱਤਾ ਹੈ, ਉਹਦੀ ਕਿਰਪਾ। ਇਹ ਹੈ ਬਹੁਤ ਕੁਛ। ਹੁਣ ਇੱਥੇ ਵੀ ਰੂਪਾ ਦੀ ਗੱਲ ਆਈ ਵੀ ਮੈਂ ਧੁਨੀਆਂ ਗਾ ਲਈਆਂ, ਮੈਂ ਉਦਾਸੀਆਂ ਕਰ ਲਈਆਂ, ਮੈਂ ਉਹ ਕਰ ਲਿਆ, ਮੈਂ ਪੁਰਾਣਾ ਇਲਾਮ ਕਰ ਲਿਆ। ਮੈਂ ਤਾਂ ਹਾਲਾਤ ਹੋ ਜਾਂਦਾ ਜਦੋਂ ਗੁਰਦੁਆਰਿਆਂ ਦੇ ਵਿੱਚ ਅੱਜ ਗੁਰੂ ਸਾਹਿਬ ਰੱਖਦੇ ਹਾਂ ਸਭ ਸੰਗਤ। ਸਿਹਤ ਦਾ ਵਿਸ਼ਾ ਹੋ ਸਕਦਾ ਹੈ, ਇਹ ਸਰੀਰ ਦਾ ਸਭ ਰੱਖ ਸਕਦਾ ਹੈ, ਲੇਕਿਨ ਅਧਿਆਤਮਕ ਸਵਸਥਾ ਨਾਲ ਗੁਰੂ ਨੇ ਪ੍ਰਵਾਨ ਨਹੀਂ ਕੀਤਾ। ਔਰ ਅਸੀਂ ਗੁਰੂ ਘਰਾਂ ਵਿੱਚ ਜੋ ਕਰ ਯੋਗਾ ਮੰਤ ਜੋਤ ਕਰਵਾ ਰਹੇ, ਸਾਹ ਬਾਹਰ ਕਰ ਲਓ, ਸਾਹ ਅੰਦਰ ਕਰ ਲਈਏ, ਸਾਹ ਉੱਤਰ ਕਰ ਲਈਏ, ਸਰ ਕੋਈ ਮਾਰਗ ਨਹੀਂ ਗੁਰਮੁਖ ਦਾ। ਬੜਾ ਸਹਿਜ ਸਹਿਜ ਮਾਰਗ ਹੈ, ਉਹਦੀ ਯਾਦ ਤੁਹਾਡੀ ਚਿੰਤਨ ਦਾ ਹਿੱਸਾ ਬਣਦਾ ਹੈ, ਉਹਦੀ ਯਾਦ ਵਿੱਚ ਤੁਸੀਂ ਖੁੱਬ ਜਾਓ ਤੇ ਉਹ ਤੁਹਾਡੇ ਅੰਦਰ ਆ ਕੇ ਵੱਸਦਾ। ਬਸ ਇੰਨਾ ਹੀ ਮਾਰਗ। ਕਿਤੇ ਗੁਰੂ ਪਾਤਸ਼ਾਹ ਨੇ ਐਸਾ ਮਾਰਗ ਹੱਥ ਨਹੀਂ ਦਿੱਤਾ ਜਿਸ ਮਾਰਗ ਦੇ ਨਾਲ ਸਾਨੂੰ ਉਮਰ ਪਰਿਵਾਰ ਤੋਂ ਪਰੇ ਹੋਣਾ ਪੈ ਜਾਏ। ਨਹੀਂ ਵਸਤਾ ਭਗਤ ਨਾਮ ਦੇਵ ਜੀ ਨੇ ਪਿਆਰ ਕਰ ਜਪ ਦੇਖਾ ਤਪ ਗਾਵਾ, ਜਪ ਦੇਖਾ ਤਪ ਗਾਵਾ, ਤੋ ਜਪ ਧੀਰਜ ਪਾਵਾ, ਤੋ ਜਪ ਧੀਰਜ ਪਾਵਾ, ਸ਼ਬਦ ਨੇ ਕੀਤੀ ਕਿਰਪਾ, ਅੰਦਰ ਹੋ ਗਿਆ ਆਨੰਦ। ਤੇ ਹੁਣ ਕੀ ਹੈ? ਜਿੱਥੇ ਵੀ ਦੇਖਦਾ ਹਾਂ, ਜਦੋਂ ਮੈਂ ਗਾ ਕਰਦਾ ਤੇ ਮੈਂ ਉਹਦੀ ਸਿਲਸਿਲਾ ਦੇ ਗੀਤ ਗਾਉਂਦਾ ਹਾਂ। ਇਹਦਾ ਮਤਲਬ ਨਹੀਂ ਕਿ ਕਦੀ ਕਦੀ ਵਿਕਦਾ ਹੈ। ਤੇਰੀ ਕੁਦਰਤ ਵਿੱਚੋਂ ਜਦੋਂ ਮੈਂ ਤੇਰੇ ਦਰਬਾਰਿਆਂ ਨੂੰ ਤੱਕਦਾ, ਜਦ ਦੇਖਾ ਦਾ ਮਤਲਬ ਜਿਸ ਪਾਸੇ ਵੀ ਮੇਰੀ ਨਜ਼ਰ ਜਾਂਦੀ ਹੈ, ਜਿਸ ਪਾਸੇ ਵੀ ਮੈਨੂੰ ਇਸ ਪਸਾਰੇ ਵੱਲ ਮੈਂ ਦੇਖਦਾ, ਮੇਰੀ ਕੁਦਰਤ ਨੂੰ ਪਿਆਰ ਕਰਦਾ, ਤਾਂ ਮੇਰੀ ਜ਼ਬਾਨ ਵਾਹ 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 ਕਰ ਦਿੰਦੀ ਹੈ। ਇਹ ਹੈ ਜਦ ਦੇਖਾ ਤਬ ਗਾਵਾ।
ਹੋਰ ਆਸ ਉਹਦੇ ਅੰਦਰ ਸ਼ਬਦ ਦਾ ਰਸ ਤੇ ਆਨੰਦ ਹੈ ਤੇ ਹਰ ਵੇਲੇ ਪਰਮਾਤਮਾ ਦਾ ਵਿਵਾਹ ਹੁੰਦਾ ਹੈ। ਤੂੰ ਖਲਕਤ ਵਿੱਚ ਵਸਦੇ ਹੋਏ ਇਸ ਖਲਕਤ ਵਿੱਚੋਂ ਵੀ ਪ੍ਰਭੂ ਦੇ ਦਰਸ਼ਨ ਹੁੰਦੇ ਹਨ। ਇਹ ਜਪ ਦੇਖਾਂ ਤਪ ਕਰਾਂ ਤੇ ਫਿਰ ਜੇ ਇੱਕ ਦਿਨ ਤੋਂ ਕਰਨ ਧੀਰਜ ਪਾਵਾਂ ਉਸ ਨੂੰ ਉਸ ਵੇਲੇ ਇਲਮੈਂ ਮੇਰੇ ਅੰਦਰ ਖੜਾਓ ਆ ਜਾਂਦਾ ਹੈ। ਤੇਰੀ ਸ਼ਬਦ ਸੁਣੀ ਮੇਰਾ ਤਨ ਮਨ ਖਿੜ ਉੱਠਿਆ, ਤੇਰਾ ਨਾਮ ਜਪਿਆ ਮੇਰੇ ਤੇ ਲਾਲੀ ਚੜ੍ਹ ਗਈ। ਬਰੋਡੀ ਲਾਲੀ ਲੋਕ ਦੀ ਲੋੜ ਹੀ ਨਹੀਂ ਪਈ, ਬਰੋਡੀ ਸ਼ਿਕਾਰ ਕਰਨ ਦੀ ਲੋੜ ਹੀ ਨਹੀਂ ਪਈ, ਬਾਹਰ ਸ਼ਿਕਾਰ ਦੀ ਵੈਲਿਊ ਵੀ ਪਈ ਨਹੀਂ ਸੀ, ਅੰਦਰ ਸ਼ਿਕਾਰ ਹੋ ਗਿਆ। ਅੰਦਰ ਅੱਗ ਲੱਗ ਗਿਆ, ਅੰਦਰ ਅੱਗ ਲੱਗ ਗਿਆ, ਬਾਹਰ ਸ਼ਿਕਾਰ ਨਹੀਂ। ਹੁਣ ਬਾਹਰ ਸ਼ਿਕਾਰ ਦੀ ਲੋੜ ਵੀ ਲਾਲੀ ਅੱਗ ਨਹੀਂ ਚੜ੍ਹ ਗਈ। ਮੇਰਾ ਨਾਮ ਲੱਗਿਆ ਮੇਰਾ ਮਨ ਤਨ ਖਿੜ ਗਿਆ, ਖੜਾ ਹੋ ਚੁੱਕਾ ਗਿਆ। ਕਿਆ ਖਿਆਲ ਤੇਰੇ ਮਨ ਤੇ ਪੈਰ ਰੱਖਿਆ ਅੰਦਰ ਠੰਡਾ ਹੋ ਗਿਆ। ਇਹ ਹੈ ਜਦ ਦੇਖਾਂ ਤਾਂ ਨਾਵਾਂ ਬੜੀ ਵਾਰੀ ਸੁਣਿਆ ਸੋਹੇ ਸੁਗੰਧੜੀ ਮੇਰਾ ਤਨ ਮਨ ਮੌਲਾ ਨਾਮ ਪਕੜੀ ਲਾਲੀ ਪੰਥ ਚ ਲੱਗਦੀ ਮੇਰਾ ਅੰਦਰ ਠੰਡਾ ਜੋ ਦਰਸ਼ਨ ਦੇਖ ਦਿਖਾਤੀ ਨਿਹਾਲ 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 ਹੋ ਗਿਆ। ਦੋ ਜਨ ਧੀਰ ਜੀ ਪਾਵਾਂ ਦਾ ਵੀ ਮਨ ਕਰ ਨਿਹਾਲ ਹੋ ਗਈ, ਨਿਹਾਲ ਹੋ ਗਈ, ਸਮਾ ਕੇ ਟਿਕ ਗਈ। ਭਗਤ ਨਾਮ ਦੇਵ ਜੀ ਕਹਿੰਦੇ ਬਈ ਦੇਖਿਆ ਦਰਸ਼ਨ ਹੋਇਆ, ਹੁਣ ਤੇਰੀ ਕੁਦਰਤ ਚ ਤੈਨੂੰ ਦੇਖਿਆ, ਹੁਣ ਵਿਸਮਾਤ ਨਾਮ ਦੀ ਗੱਲ ਆਈ। ਆਵਾਜ਼ ਸੁਣੀ ਵਾਹ ਕਮਾਲ ਹੈ ਤੇਰੀ ਕੁਦਰਤ, ਤੇਰੀ ਭਗਤ ਆਪਣੇ ਆਪ ਦੱਸਣਾ ਗਿਆ ਲੱਗ ਗਈ। ਤੇ ਸਾਹਿਬ ਜੀ ਭਗਤ ਜੀ ਕਹਿੰਦੇ ਹਨ ਜੈ ਚਿਲ ਮਿਲਕਾਰ ਸੰਤਾ, ਜੈ ਚਿਲ ਮਿਲਕਾਰ ਸੰਤਾ। ਬੋਲੋ ਥੋੜਾ ਜਿਹਾ ਸ਼ਾਇਦ ਕੁਛ ਗੱਲ ਸਮਝਾ ਦੇ। ਜੈ ਚਿਲ ਮਿਲਕਾਰ ਸੰਤਾ, ਤੈ ਅਰਨ ਸ਼ਬਦ ਵਜੰਤਾ। ਢੋਲ ਢਮਕੇ ਢੋਲ ਨਹੀਂ ਵੱਜਦੇ,
ਮੈਨੂੰ ਢੋਲ ਦੀ ਬੀੜ ਤੇ ਨੱਚਣਾ ਪਰਵਾਹ ਨਹੀਂ, ਹੁਣ ਮੈਨੂੰ ਗੱਦੇ ਗੀਤ ਸੁਣਨ ਦੀ ਲੋੜ ਨਹੀਂ, ਹੁਣ ਮੇਰਾ ਮਨ ਤੋਂ ਹਟ ਹੀ ਗਿਆ। ਪਹਿਲਾਂ ਸੁਣਦਾ ਸੀ, ਪਹਿਲਾਂ ਮੁੱਖ ਖੋਲ ਕੇ ਬੈਠ ਜਾਂਦਾ ਸੀ, ਹੁਣ ਨਹੀਂ। ਕਿਉਂ ਨਹੀਂ? ਤਬਦੀਲੀ ਹੋ ਗਈ, ਚੇਂਜ ਹੋ ਗਈ। ਇਹਦਾ ਮਤਲਬ ਕੀ ਹੈ ਕਿ ਸੰਸਾਰ ਦੇ ਅਹੰਕਾਰ ਦੇ ਮਾਰਗ ਦੇ ਵਿੱਚ ਕੁਝ ਫਰਕ ਹੈ। ਸੰਸਾਰ ਵਿੱਚ ਕਰਕੇ ਅਹੰਕਾਰ ਕੁਛ ਨਹੀਂ ਹੋ ਸਕਦਾ। ਸਤਸੰਗ ਦੇ ਖਿਆਲ ਕਰਨਾ, ਉਹ ਸਾਡਾ ਸਾਰਾ ਜ਼ੋਰ ਸੰਸਾਰ ਨੂੰ ਕਰਦੇ ਹੈ, ਅਹੰਕਾਰ ਨੂੰ ਕੁਛ ਕਰਦੇ ਸਾਡਾ ਕਦੇ ਜ਼ੋਰ ਲੱਗਦਾ ਹੀ ਨਹੀਂ ਵੀ ਸਾਡਾ ਅਹੰਕਾਰ ਕਿਵੇਂ ਕੁਛ ਹੁੰਦਾ। ਇਹ ਤਾਂ ਹੈ ਹੀ ਨਹੀਂ। ਲੋਕੀ ਕੀ ਕਹਿਣਗੇ, ਲੋ ਜੀ ਇਹਨੇ ਗਹਿਣੇ ਨਹੀਂ ਪਾਏ, ਇਹਨੇ ਕੰਨਾਂ 'ਚ ਨਹੀਂ ਪਾਇਆ, ਇਹਨੇ ਨੱਕ 'ਚ ਨਹੀਂ ਪਾਇਆ, ਹੈ ਇਹਦੇ ਖਾਲੀ ਕੱਖ ਹੁੰਦਾ, ਖਾਲੀ ਕੱਖ ਹੁੰਦਾ, ਬਸ ਸਾਰਾ ਜੋਰ ਇੱਥੇ ਹੀ ਹੈ। ਇਹ ਚੰਗਲ ਕਾਰ ਅੱਜ ਸਾਰੀ ਜੋਰ ਸਾਡਾ ਇਸੇ ਗੱਲ 'ਤੇ ਲੱਗਾ। ਲੋਕੀ ਕੀ ਕਹਿਣਗੇ, ਲੋ ਜੀ ਸਾਡੇ ਕੋਲ ਜਿਹੜੇ ਘਰ ਦੀ ਹੈ ਇਹਨੂੰ ਘਰਦਿਆਂ ਨੇ ਪਾਉਣ ਹੀ ਨਹੀਂ ਦਿੰਦੇ, ਅਤੇ ਜੇ ਤੇਰਾ ਕੋਈ ਨਹੀਂ ਪਾਉਣ ਦਿੰਦਾ ਤਾਂ ਘਰ ਦਾ ਕੌਣ ਹੁੰਦਾ, ਘਰਦੇ ਦੀ ਕੀ ਵੈਲਿਊ ਹੈ ਕਿ ਮੇਰਾ ਕੋਈ ਸਤਿਗੁਰੂ ਹੀ ਨਹੀਂ ਪਾਉਣ ਦਿੰਦਾ। ਬਿਲਕੁਲ ਸਤਸੰਗ ਦੀ ਗੱਲ ਯਾਦ ਹੈ, ਸ਼ਬਦ ਜਿੱਥੇ ਆ ਰਿਹਾ ਹੈ ਉੱਥੇ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਜਿੱਥੇ ਸ਼ਬਦ ਦਾ ਵਾਸਾ ਹੈ, ਸਤਿਗੁਰ ਮਹਾਰਾਜ ਨੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਵਾਰ 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 ਇਹ ਗੱਲਾਂ ਸਮਝਾਈਆਂ। ਕਹਿ ਲੱਗੇ ਵੀ ਇਹ ਚੰਗਲਕਾਰ ਦਾ ਕੋਈ ਕਿਰਤ ਨਹੀਂ। ਜਿੱਥੇ ਚੰਗਲਕਾਰ ਸੀ, ਚਲਾਕੀ ਸੀ, ਦਿਖਾਵਾ ਸੀ, ਲੋਕ ਲਾਲਚ ਸੀ, ਅੱਜ ਕੀ ਹੋਇਆ ਤਾਂ ਹਰ ਹੱਥ ਸ਼ਬਦ ਵਜਨ ਦਾ ਲਗਾਤਾਰ ਇੱਕ ਰਸ, ਹਰ ਹੱਥ ਹਰ ਹੱਥ ਦਾ ਅਰਥ ਹੈ ਇੱਕ ਰਸ ਲਗਾਤਾਰ ਜਿਹੜਾ ਕਦੇ ਨਹੀਂ ਹੁੰਦਾ। ਪਹਿਲਾਂ ਤਾਂ ਰੱਖਦੇ ਸੀ, ਹੁਣ ਸਾਧ ਪੜ ਕੇ ਕੀਰਤਨ ਕਰਨ ਦੀ ਲੋੜ ਨਹੀਂ ਪਈ। ਕਿਆ ਕਰਨਾ, ਮਾਫ਼ ਕਰਨਾ, ਹੁਣ ਆਪਣੇ ਆਪ ਹੀ ਹੋ ਗਿਆ। ਕੀਰਤਨ ਕੀਤਾ ਨਹੀਂ, ਕੀਰਤਨ ਹੋ ਗਿਆ। ਹੁਣ ਕੀਰਤਨ ਕੀਤਾ ਨਹੀਂ, ਹੁਣ ਅਰਹਤ ਸ਼ਬਦ ਨਾਲ ਕੀਰਤਨ ਹੋ ਗਿਆ। ਆਪਾਂ ਸੁਣ ਗਿਆ, ਸੁਣਦਾ ਹਰ ਕੋਈ ਸੁਣਦਾ। ਮੈਂ ਫਿਰ ਬੇਨਤੀ ਕਰਾਂ, ਇਹ ਅਵਸਥਾ ਸ਼ਬਦ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ। ਇਹ ਅਰਹਤ ਦੇ ਪ੍ਰਭਾਤਮਕ ਸ਼ਬਦ ਬੋਲ ਕੇ ਦੱਸੇ ਨਹੀਂ ਜਾ ਸਕਦੇ। ਪਰ ਗੁਰੂ ਪਾਤਸ਼ਾਹ ਕਹਿੰਦੇ ਹੁੰਦਾ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਆਏ ਸੰਤ ਕੌਣ ਹੈ ਕੀਰਤਨ ਹੋਇਆ ਰੈਣ ਸਭਾਈ। ਇਹ ਥੋੜੀ ਵੀ ਹੈ 12 ਘੰਟੇ ਦੀ ਰਾਤ, ਰੈਣ ਸਭਾਈ ਸਤਿਗੁਰੂ ਜੀ ਦੀ ਰਾਤ। ਜੋ ਗੁਰਦਾਸ ਜੀ ਆਪਾਂ ਬੋਲ ਕੇ ਕਹੀਏ ਰੈਣ ਸਭਾਈ ਹੈ, ਰੈਣ ਸਭਾਈ ਤੋਂ ਇੱਕ ਰਾਤ ਹੈ, ਰੈਣ ਸਭਾਈ ਕੋਈ ਕਿਰਨ ਦੀ ਰਾਤ ਹੈ। ਹੁਣ ਸੰਤ ਕੌਣ ਆ ਕੇ ਗੁਰੂ ਦਾ ਸ਼ਬਦ ਵਸ ਗਿਆ ਤੇ ਸਾਰੀ ਰਾਤ ਨੂੰ ਕੀਰਤਨ ਹੋਇਆ। ਹੁਣ ਕਿੱਥੇ ਟੈਕਟਰੀ ਗਰਾਊਂਡ ਦੀ ਗੱਲ ਕਿੱਥੇ ਗਈ? ਹੈ ਹੀ ਨਹੀਂ ਗਰਾਊਂਡ ਦੀ ਗੱਲ ਦੀ ਗੱਲ, ਝੰਗਲ ਕਾਰ ਦੀ ਗੱਲ ਹੀ ਖਤਮ ਹੋ ਗਈ। ਹੁਣ ਤਾਂ ਇਹ ਅਵਸਥਾ ਬਣ ਗਈ, ਭਗਤ ਨਾਮਦੇਵ ਜੀ ਨੇ ਜਿਹੜੀ ਗੱਲ ਕੀਤੀ ਹੈ, ਅੱਜ ਮੜਿਆ ਅੰਦਰ ਵੱਜ ਆ ਢੋਲ ਜਾਂ ਮੰਦਰ ਢੋਲ ਹੋ ਗਏ, ਤੇਰੇ ਢੋਲ ਕਰੋ ਆ ਚਮੜੇ ਦਾ ਢੋਲ ਨਹੀਂ, ਅੱਜ ਮੜਿਆ ਬੜਿਆ ਬੜੇ ਹੋਏ ਢੋਲ ਵੱਜ ਰਹੇ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ ਬਈ ਬਾਹਰ ਦੇਖੋ ਧੁੱਪ ਚੜੀ ਹੋਈ ਹੈ ਨਾ, ਤੇ ਜੇ ਬੱਦਲ ਗਰਜ ਲੈ ਤੇਰਾ ਬੜੀ ਹੈਰਾਨੀ ਦੀ ਗੱਲ ਹੈ। ਮੈਨੂੰ ਸਾਵਣ ਘਰ ਹਰ ਕਰ ਲਿਆ ਤੇ ਕਹਿ ਲੱਗੇ ਬਾਦਲ ਵੀ ਦੁੱਖ ਨਾ ਹੋਈ,
ਜੋ ਤੱਤ ਵਿਚਾਰ ਹੈ ਕੋਈ ਭਾਗਾ ਵਾਲਾ ਕੋਈ ਸ਼ਬਦ ਦੀ ਵਿਚਾਰ ਕਰ ਲਈ ਉਹ ਤਾਂ ਬਦਲਾ ਤੋਂ ਬੜੇ ਲੱਗਦਾ ਹੋਵੇ ਅਰਥ ਸ਼ਬਦ ਨਿਰੰਤਰ ਹੁਣ ਬਦਲ ਦੀ ਲੋੜ ਨਹੀਂ ਹੁਣ ਇਹ ਨਹੀਂ ਕਿ ਮੈਨੂੰ ਸਾਧ ਹੁੰਦੇ ਆਉਣ ਮੈਨੂੰ ਕੀਰਤਨ ਕਰਨਾ ਆਉਂਦਾ ਮੈਨੂੰ ਕਥਾ ਕਰਨੀ ਆਉਂਦੀ ਮੈਨੂੰ ਲੈਕਚਰ ਕਰਨਾ ਆਉਂਦਾ ਹੁਣ ਤਾਂ ਤੁਹਾਡੀ ਧਿਆਨ ਤੁਹਾਡੀ ਸੁਰਤ ਵਿੱਚ ਹਰ ਵੇਲੇ ਹੋਵੇ ਤੇ ਜਦੋਂ ਸਾਡੀ ਸੁਰਤ ਵਿੱਚ ਸਾਡੇ ਧਿਆਨ ਵਿੱਚ ਹਰ ਵੇਲੇ ਹੋਵੇ ਤਾਂ ਅਰਥ ਸ਼ਬਦ ਆਪੇ ਸੁਣਾਈ ਦਿੰਦਾ ਉਦਾਹਰਣ ਸਾਹਮਣੇ ਆਉਂਦਾ ਤਾਂ ਭਗਤ ਜੀ ਕਹਿਣ ਲੱਗੇ ਵੀ ਦੇਖੋ ਜੋਤੀ ਜੋਤ ਸਮਾਨੀ ਜੋਤੀ ਪਰਮਾਤਮਾ ਦੀ ਜੋਤੀ ਦੂਜਾ ਜੋਤ ਹੈ ਮੇਰੀ ਜੋਤ ਉਸ ਜੋਤ ਵਿੱਚ ਇਹ ਜੋਤ ਸਮਾ ਕਿਵੇਂ ਨਾਨਕ ਲੀਨ ਭਿਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਇਹੋ ਸਮਾ ਉਸ ਗੋਬਿੰਦ ਨਾਲ ਇਹੋ ਲੀਨ ਹੋਵੇ ਜਿਵੇਂ ਪਾਣੀ ਨੂੰ ਪਾਣੀ ਸਮਾ ਜਾਂਦਾ ਦਰਿਆਵਾਂ ਦੇ ਪਾਣੀ ਜਦੋਂ ਸਮੁੰਦਰ ਵਿੱਚ ਪੈ ਜਾਂਦੇ ਨੇ ਕੋਈ ਉਹ ਦਰਿਆ ਕਹਿੰਦਾ ਤੇ ਸੰਗ ਤੋਂ ਚੱਲਦਾ ਹੈ ਪਿਆਰ ਕਰਦਾ ਹੈ ਤੇ ਗੰਗਾ ਚੱਲਦੀ ਹੈ ਜਮਰਾ ਚੱਲਦੀ ਹੈ ਉਹ ਕਹਿੰਦੇ ਤਾਂ ਸਮੁੰਦਰ ਹੈ ਤੇ ਜਦੋਂ ਜੋਤ ਜੋਤੀ ਵਿੱਚ ਸਮਾ ਗਈ ਉਦੋਂ ਇਹ ਆਤਮਾ ਪਰਮਾਤਮਾ ਦਾ ਰੂਪ ਬਣ ਜਾਂਦੀ ਹੈ ਪਰ ਪ੍ਰਭੂ ਦੇ ਦੀਦਾਰ ਇਸ ਜੋਤੀ ਵਿੱਚੋਂ ਹੀ ਹੋ ਜਾਂਦੇ ਹਨ ਜੋਤੀ ਜੋਤ ਸਮਾਨੀ ਮੈਂ ਗੁਰਪੁਰ ਸਾਹਿਬ ਦੀ ਜਾ ਕੇ ਗੁਰੂ ਦੀ ਕਿਰਪਾ ਸਭ ਦਾ ਸ਼ਬਦ ਹੈ ਪਰ ਵਿਸਵਾਸ ਦੀ ਲੋੜ ਨਹੀਂ ਅੱਗੇ ਵਿਸਵਾਸ ਦੀ ਲੋੜ ਹੈ ਰਤਨ ਕਮਲ ਕੋਠੜੀ ਚਮਕਾਰ ਮਿਲ ਨਹੀਂ ਰਤਨ ਕੋਠੜੀ ਚਮਕਾਰ ਮਿਲ ਨਹੀਂ ਇਹ ਸਰੀਰ ਰਤਨਾਂ ਨਾਲ ਭਰੀ ਹੋਈ ਕੋਠੜੀ ਪਰ ਕੋਠੜੀ ਵੀ ਹੋਰ ਨਹੀਂ ਵਾਰ ਰਤਨ ਨਹੀਂ ਜਿਹੜੇ ਬਾਜ਼ਾਰਾਂ ਵਿੱਚ ਵਿਕਦੇ ਨੇ ਡਾਇਮੰਡ ਨਹੀਂ ਹੈ ਬਾਹਰਲੇ ਡਾਇਮੰਡ ਦੀ ਗੱਲ ਨਹੀਂ ਕੀਤੀ ਗਈ